ਮਾਵਾਂ ਬੀਬੀਆਂ ਇਸ ਗੱਲ ਤੇ ਸ਼ੰਕਾ ਕਰਦੀਆਂ ਤੇ ਵਿਤਕਰਸਤ ਕਰਨਾ ਚਾਹੁੰਦੀਆਂ ਕਿ ਸੰਤ ਜੀ ਸਾਨੂੰ ਇਹ ਦੱਸੋ ਕਿ ਜੇ ਗੁਰਮਤਿ ਵਿੱਚ ਇੱਕੋ ਜਾਰਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਸਾਂਝਾ ਖਜ਼ਾਨਾ ਬਖਸ਼ਿਆ ਤੇ ਫਿਰ ਬੀਬੀਆਂ ਨੂੰ ਪੰਜਾਂ ਪਿਆਰਿਆਂ ਵਿੱਚ ਕਿਉਂ ਨਹੀਂ ਲਾਇਆ ਜਾਂਦਾ, ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਕਿਉਂ ਨਹੀਂ ਦਿੱਤਾ ਜਾਂਦਾ? ਇਹ ਨਾਸਤਿਕ ਲੋਕਾਂ ਵੱਲੋਂ ਸਵਾਲ ਆਉਂਦੇ ਜਿਹੜੀਆਂ ਸਿੱਖ ਲੜਕੀਆਂ ਸ਼ਰਧਾ ਵਾਲੀਆਂ ਉਹ ਤਾਂ ਕੋਈ ਇਹੋ ਜਿਹੀਆਂ ਸਵਾਲ ਕਰਦੀਆਂ ਨਹੀਂ, ਪਰ ਕਈ ਪੜ੍ਹੇ ਲਿਖੇ ਵਰਗ ਦੇ ਲੋਕਾਂ ਵਿੱਚੋਂ ਇਹੋ ਜਿਹੇ ਸਵਾਲ ਉੱਠਦੇ ਆ। ਉਹਦਾ ਉੱਤਰ ਖਾਲਸਾ ਜੀ ਹੈ, ਇਹ ਵਿਤਕਰਾ ਨਹੀਂ। ਜਿਸ ਵੇਲੇ 1756 ਬਿਕਰਮੀ ਨੂੰ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਖੜੋ ਕੇ ਸਤਿਗੁਰੂ ਗਰੀਬ ਨਵਾਜ ਜੀ ਨੇ ਸ੍ਰੀ ਸਾਹਿਬ ਖਿੱਚ ਕੇ ਮਿਆਨ ਚੋਂ ਤੇ ਮੰਗਾ ਰਿਹਾ ਸੀ, ਉਸ ਵੇਲੇ ਕਿਸੇ ਇਤਿਹਾਸ ਵਿੱਚ ਵਿਖਾਓ ਕਿ ਕਲਗੀ ਧਾਰਨੀ ਕਿਤੇ ਕਿਹਾ ਹੋਵੇ ਇੱਕ ਮਰਦ ਦਾ ਜਾਂ ਇੱਕ ਜਨਾਨੀ ਦਾ ਸਿਰ ਚਾਹੀਦਾ। ਇਹ ਕਦੇ ਨਹੀਂ ਕਿਹਾ। ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਇੱਕ ਸਿਰ ਦੀ ਲੋੜ ਹੈ, ਉਸ ਵੇਲੇ ਉੱਠ ਕੇ ਸਾਡੀ ਮਾਂ ਭੈਣ ਵੀ ਕੋਈ ਨਾ ਕੋਈ ਸਿਰ ਦੇ ਦਿੰਦੀ ਤੇ ਪੰਜਾਂ ਪਿਆਰਿਆਂ 'ਚ ਲੱਗ ਜਾਂਦੀ। ਪੰਜਾਂ ਪਿਆਰਿਆਂ 'ਚ ਇਸ ਵਾਸਤੇ ਬੀਬੀਆਂ ਨੂੰ ਨਹੀਂ ਲਾਇਆ ਜਾਂਦਾ ਕਿਉਂਕਿ ਸਿਰ ਪੰਜਾਂ ਮਰਦਾਂ ਨੇ ਪਰਿਵਾਰ ਨਾਲ ਵੜਾਏ ਸੀ, ਕਿਸੇ ਬੀਬੀ ਨੂੰ ਨਹੀਂ ਸੀ ਵੜਾਇਆ। ਇਸ ਵਾਸਤੇ ਪੰਜਾਂ ਪਿਆਰਿਆਂ 'ਚ ਪੰਜ ਮਰਦਾਂ ਨੂੰ ਲੱਗਣ ਦਾ ਅਧਿਕਾਰ ਹੈ ਬੀਬੀਆਂ।